ਵਿਛੜਨ ਵੇਲੇ ਉਹਨੇ ਜਿਹੜੀਆਂ ਨਜ਼ਰਾਂ ਨਾਲ ਮੈਨੂੰ ਵੇਖਿਆ ਸੀ, ਉਹਦੇ ਪਿੱਛੋਂ ਮੈਨੂੰ ਇੰਨੀ ਦੇਰ ਨਹੀਂ ਸੀ ਕਰਨੀ ਚਾਹੀਦੀ। ਮੈਨੂੰ ਤਾਂ ਕਦੋਂ ਦਾ ਉਹਦੇ ਬੂਹੇ ਦਾ ਕੁੰਡਾ ਜਾ ਖੜਕਾਉਣਾ ਚਾਹੀਦਾ ਸੀ। ਉਸ ਵਿਛੋੜੇ ਤੋਂ ਪਹਿਲਾਂ ਕੀ ਹੋਇਆ ਸੀ, ਹੁਣ ਇਹ ਸਭ ਕੁਝ ਦੁਹਰਾਉਣਾ ਸਮੇਂ ਦੀ ਬਰਬਾਦੀ ਹੈ। ਉਂਝ ਵੀ ਮੈਂ ਬਹੁਤ ਸਾਰਾ ਵੇਲਾ ਅੱਗੇ ਹੀ ਬਰਬਾਦ ਕਰ ਬੈਠਾ ਵਾਂ। ਮੈਨੂੰ ਹੁਣੇ ਇਸੇ ਵੇਲੇ ਉੱਠ ਜਾਣਾ ਚਾਹੀਦਾ ਹੈ। ਕਿਹੜਾ ਕੋਈ ਦੂਰ ਜਾਣਾ ਹੈ, ਹੌਲੀ ਹੌਲੀ ਟੁਰਦਾ ਜਾਵਾਂ ਤਾਂ ਲੱਤਾਂ ਗਰਮ ਹੋਣ ਤੋਂ ਪਹਿਲਾਂ ਪੜ ਜਾਵਾਂ। ਆਹ ਦੋ ਮੱਲੇ ਛੱਡ ਕੇ ਤੀਜੇ ਵਿੱਚ ਉਹਦਾ ਘਰ ਹੈ, ਗਲੀ ਦੀ ਨੁੱਕਰ ਤੋਂ ਸੱਜੇ ਹੱਥ ਪੰਜਵਾਂ ਬੂਹਾ। ਉਹ ਗਲੀ ਜਿਹੜੀ ਵੱਡੀ ਸੜਕ ਉੱਤੇ ਉੱਗੇ ਸ਼ੇਰ ਸ਼ਾਹ ਸੂਰੀ ਦੇ ਜ਼ਮਾਨੇ ਦੇ ਬੋਰਡ ਤੋਂ ਨਿਕਲਦੀ ਹੈ, ਉਹ ਬੋਰਡ ਜਿਹਦੀਆਂ ਗੋਲਾਂ ਖਾਣ ਲਈ ਉਹ ਰੋਜ਼ ਮੈਨੂੰ ਇੱਕ ਨਵਾਂ ਲਾਲਚ ਦੇ ਕੇ ਉੱਤੇ ਚਾੜ ਦਿੰਦੀ ਸੀ ਅਤੇ ਕਦੀ ਆਪਣਾ ਵਾਅਦਾ ਪੂਰਾ ਨਹੀਂ ਸੀ ਕਰਦੀ। ਉਦੋਂ ਮੈਂ ਗਲੀ ਦੀ ਨੁੱਕਰ ਤੋਂ ਸੱਜੇ ਹੱਥ ਛੇਵੇਂ ਘਰ ਵਿੱਚ ਰਹਿੰਦਾ ਸਾਂ। ਖੈਰ, ਯਾਦਾਂ ਦਾ ਕੀ ਏ, ਸਿਰਾ ਨੱਪੋ ਅਤੇ ਸੋਚੀ ਜਾਓ, ਖਿੱਦੋ ਫਰੋਲੋ, ਲੀਰਾਂ ਕੱਟੀ ਜਾਓ। ਗੱਲ ਫਿਰ ਲੰਮੀ ਹੋ ਗਈ ਏ, ਮੈਨੂੰ ਤੁਰਨਾ ਚਾਹੀਦਾ ਹੈ। ਪਰ ਜੇ ਉਹਨੇ ਆਪ ਬੂਹਾ ਨਾ ਖੋਲਿਆ ਤੇ ਫਿਰ? ਚਲੋ, ਬੂਹਾ ਵੀ ਉਹਨੇ ਆਪ ਹੀ ਖੋਲਿਆ, ਪਰ ਕੁੰਡ ਕੱਢ ਲਿਆ ਤੇ ਫਿਰ? ਚਲੋ, ਕੁੰਡ ਨਾ ਕੱਢਿਆ, ਐ ਹੀ ਪੁੱਛ ਲਿਆ, ਤੁਸੀਂ ਕੌਣ ਹੋ? ਤੇ ਫਿਰ? ਚਲੋ, ਐ ਨਾ ਪੁੱਛਿਆ ਤੇ ਆਖਿਆ, ਕਿਨੂੰ ਮਿਲਣਾ ਜੇ? ਤੇ ਫਿਰ? ਤੇ ਜੇ ਉਹ ਇੱਕੋ ਵਾਰੀ ਬੋਲ ਪਈ, 40 ਵਰੇ ਕਿੱਥੇ ਰਹੇ ਹੋ? ਤੇ ਫਿਰ?